ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਸਬਾ ਚੌਗਾਵਾਂ ਵਿਖੇ ਅੰਮ੍ਰਿਤਸਰ ਰਾਣੀਆਂ ਨੂੰ ਚੌੜਾ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਇਹ ਸੜਕ ਖਿਆਲਾ ਤੋਂ ਰਾਣੀਆਂ ਤੱਕ ਕਈ ਪਿੰਡਾਂ ਨੂੰ ਆਪਸ ਵਿੱਚ ਜੋੜਦੀ ਹੈ। ਇਸ ਕੰਮ 'ਤੇ 27 ਕਰੋੜ ਰੁਪਏ ਖਰਚ ਹੋਣਗੇ ਅਤੇ ਇਹ ਕੰਮ 6 ਮਹੀਨਿਆਂ ਵਿੱਚ ਪੂਰਾ ਕੀਤਾ ਜਾਏਗਾ। ਚੇਅਰਮੈਨ ਜ਼ਿਲ੍ਹਾ ਪਰਿਸ਼ਦ ਦਿਲਰਾਜ ਸਿੰਘ ਸਰਕਾਰੀਆ, ਸਰਪੰਚ ਰਵੇਲ ਸਿੰਘ, ਸ਼ਮਸ਼ੇਰ ਸਿੰਘ ਸਮੇਤ ਕਈ ਲੋਕ ਮੌਜੂਦ ਸਨ। ਸਾਡੇ ਲਈ ਸਾਰਿਆਂ ਲਈ ਅੱਜ ਬੜੀ, ਮੈਨੂੰ ਵੀ ਖੁਸ਼ੀ ਇਸ ਗੱਲ ਦੀ ਕਿ ਇਹ ਸੜਕ 'ਤੇ ਡਿਮਾਂਡ ਬੜੀ ਸੀ, ਟ੍ਰੈਫਿਕ ਵੱਧ ਸੀ ਅਤੇ ਸੜਕ ਛੋਟੀ ਸੀ ਅਤੇ ਅਸੀਂ ਚਾਹੁੰਦੇ ਸਾਂ ਕਿ ਇਹ ਜਿਹੜੀ ਰਾਣੀਆਂ ਤੱਕ ਜਿਹੜੀ ਆ ਇਹਨੂੰ ਚੌੜਿਆਂ ਕੀਤਾ ਜਾ ਸਕੇ, ਕਿਉਂਕਿ ਅੱਗੇ 23 ਫੁੱਟ ਸੜਕ ਸੀਗੀ, ਉਹ 23 ਤੋਂ 33 ਫੁੱਟ ਅਸੀਂ ਹੁਣ ਕਰਨ ਜਾ ਰਹੇ ਹਾਂ। 10 ਫੁੱਟ 5-5 ਫੁੱਟ ਦੋਵੇਂ ਪਾਸੇ ਵਧੂਗੀ, ਖਿਆਲੇ ਮੋੜ ਤੱਕ 4 ਲੇਨ ਆ, ਕਿਉਂਕਿ ਟ੍ਰੈਫਿਕ ਦੇ ਹਿਸਾਬ ਨਾਲ ਹੀ ਅਸੀਂ ਤਾਂ 4 ਲੇਨ ਹੀ ਚਾਹੁੰਦੇ ਸਾਂ, ਪਰ ਉਹਨਾਂ ਨੇ ਟ੍ਰੈਫਿਕ ਦੇ ਹਿਸਾਬ ਨਾਲ ਜਦੋਂ ਹਿਸਾਬ ਤਾਂ ਵੇਖਿਆ ਤਾਂ 4 ਲੇਨ ਅਜੇ ਇੱਥੇ ਬਣ ਨਹੀਂ ਸੀ ਸਕਦੀ, ਇਸੇ ਕਰਕੇ ਅਸੀਂ 33 ਫੁੱਟ ਕਰਾਈ ਆ। ਔਰ ਪਰ ਅਸੀਂ ਚੁਗਾਵਾਂ ਅਤੇ ਜਿਹੜਾ ਲੋਕ ਭੁੱਕੇ ਆ ਇਹਨਾਂ ਥਾਵਾਂ 'ਤੇ ਜਿਹੜੇ ਕਸਬੇ ਦੇ ਵਿੱਚੋਂ ਦੀ ਸੜਕਾਂ ਨੇ ਇਹ 4 ਲੇਨ ਕਰਾਂਗੇ ਔਰ 6 ਮਹੀਨੇ ਦੇ ਵਿੱਚ ਇਹਨੂੰ ਅਸੀਂ ਕੰਪਲੀਟ ਕਰਕੇ ਦੇਵਾਂਗੇ।